Hello friends, today's topic is describe an article on health that you read from a magazine or online. कोई आर्टिकल डिस्क्राइब करो जिहड़ा हेल्थ ਦੇ ਨਾਲ ਰਿਲੇਟਡ ਹੋਵੇ ਤੇ ਤੁਸੀਂ ਪੜਿਆ ਹੋਵੇ ਮੈਗਜ਼ੀਨ ਤੋਂ ਜਾਂ ਆਨਲਾਈਨ ਪੜਿਆ ਹੋਵੇ. ਗਾਇਜ਼, ਇਫ ਯੂ ਆਰ ਵਾਚਿੰਗ ਮਾਈ ਵੀਡੀਓ ਫਸਟ ਟਾਈਮ ਦੈਨ ਪਲੀਜ਼ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ ਮਾਈ ਚੈਨਲ. ਸੋ ਲੈਟਸ ਗੈਟ ਸਟਾਰਟਡ. ਫਸਟ ਇਸ ਤੇ ਆਪਾਂ ਕਿਊਜ਼ ਦੇਖਦੇ ਹਾਂ. ਵਟ ਦਾ ਆਰਟੀਕਲ ਵਾਜ਼ ਅਬਾਊਟ. ਆਰਟੀਕਲ ਕਿਸ ਦੇ ਬਾਰੇ ਸੀ, ਕਿਹੜਾ ਟੌਪਿਕ ਸੀ. ਵੇਅਰ ਯੂ ਰੈਡ ਇਟ, ਕਿੱਥੇ ਪੜਿਆ ਸੀ. ਵਾਈ ਯੂ ਰੈਡ ਇਟ, ਇਹ ਪੜਨ ਦਾ ਰੀਜ਼ਨ ਕੀ ਸੀ, ਕਿਉਂ ਪੜਿਆ. ਐਂਡ ਹਾਓ ਯੂ ਫੈਲਟ ਅਬਾਊਟ ਇਟ, ਤੁਸੀਂ ਆਰਟੀਕਲ ਦੇ ਬਾਰੇ ਕੀ ਮਹਿਸੂਸ ਕੀਤਾ. ਮੀਨਸ ਪੜਨ ਤੋਂ ਬਾਅਦ ਤੁਹਾਨੂੰ ਕਿਹੋ ਜਿਹਾ ਲੱਗਿਆ ਇਸ ਆਰਟੀਕਲ ਬਾਰੇ. ਸੋ ਹੁਣ ਆਪਾਂ ਇਹਦੀ ਐਕਸਪਲੇਨੇਸ਼ਨ ਕਰਦੇ ਹਾਂ. ਆਨੈਸਟਲੀ ਆਈ ਲਵ ਟੂ ਰੀਡ ਡਿਫਰੈਂਟ ਕਾਇੰਡ ਆਫ ਆਰਟੀਕਲਸ ਔਨ ਨਿਊਜ਼ ਪੇਪਰ, ਮੈਗਜ਼ੀਨ ਔਰ ਆਨਲਾਈਨ. ਇਮਾਨਦਾਰੀ ਦੇ ਨਾਲ ਦੱਸਾਂ ਤਾਂ ਮੈਨੂੰ ਨਿਊਜ਼ ਪੇਪਰ, ਮੈਗਜ਼ੀਨ ਔਰ ਆਨਲਾਈਨ ਤੋਂ ਡਿਫਰੈਂਟ ਕਾਇੰਡ ਆਫ ਆਰਟੀਕਲ ਪੜਨ ਦਾ ਪੜ੍ਹਨਾ ਬਹੁਤ ਵਧੀਆ ਲੱਗਦਾ. ਆਈ ਥਿੰਕ ਰੀਡਿੰਗ ਇਜ਼ ਦਾ ਬੈਸਟ ਵੇ ਟੂ ਬਰੋਡਨ ਦਾ ਹੋਰਾਈਜ਼ਨਸ ਆਫ ਆਵਰ ਨੌਲੇਜ. ਜਿਹੜਾ ਪੜ੍ਹਨ ਹੈ ਉਹ ਬੈਸਟ ਵੇ ਹੈ ਆਪਣੇ ਨੌਲੇਜ ਦੇ ਦਾਇਰੇ ਨੂੰ ਵਧਾਉਣ ਦਾ. ਹੇਅਰ ਆਈ ਐਮ ਗੋਇੰਗ ਟੂ ਟਾਕ ਅਬਾਊਟ ਐਨ ਆਰਟੀਕਲ ਦੈਟ ਆਈ ਰੈਡ ਲਾਸਟ ਈਅਰ ਐਂਡ ਆਈ ਰੈਡ ਇਟ ਆਨਲਾਈਨ. ਅਤੇ ਅੱਜ ਮੈਂ ਇੱਕ ਆਰਟੀਕਲ ਦੀ ਗੱਲ ਕਰਨ ਜਾ ਰਹੀ ਹਾਂ ਜਿਹੜਾ ਮੈਂ ਲਾਸਟ ਈਅਰ ਪੜ੍ਹਿਆ ਅਤੇ ਮੈਂ ਆਨਲਾਈਨ ਪੜ੍ਹਿਆ ਸੀ. ਐਜ਼ ਅ ਮੈਟਰ ਆਫ ਫੈਕਟ, ਅਸਲ ਵਿੱਚ ਲਾਸਟ ਈਅਰ ਆਈ ਵਾਜ਼ ਸਰਚਿੰਗ ਔਨ ਦੀ ਇੰਟਰਨੈਟ. ਲਾਸਟ ਈਅਰ ਮੈਂ ਸਰਚ ਕਰੀ ਸੀ ਇੰਟਰਨੈਟ ਦੇ ਰਿਲੇਟਡ ਟੂ ਮਾਈ ਸਟੱਡੀ, ਆਪਣੇ ਸਟੱਡੀ ਦੇ ਨਾਲ ਰਿਲੇਟਡ. ਮੀਨਸ ਕੁਛ ਵੀ ਸਰਚ ਕਰ ਰਹੀ ਸੀ ਇੰਟਰਨੈਟ ਦੇ. ਦੈਨ ਆਈ ਕੇਮ ਅਕਰੋਸ ਐਨ ਆਰਟੀਕਲ ਵਿਚ ਇਜ਼ ਰਿਲੇਟਡ ਟੂ ਹੈਲਥ. ਉਸ ਤੋਂ ਬਾਅਦ ਮੇਰੀ ਇੱਕ ਆਰਟੀਕਲ ਦੇ ਨਜ਼ਰ ਪਈ ਜਿਹੜਾ ਹੈਲਥ ਦੇ ਨਾਲ ਰਿਲੇਟਡ ਸੀ. ਦੈਟ ਆਰਟੀਕਲ ਇਜ਼ ਅਬਾਊਟ ਦਾ ਅਮੇਜ਼ਿੰਗ ਬੈਨੀਫਿਟਸ ਆਫ ਡਰਿੰਕਿੰਗ ਕਲੇ ਪੋਟ ਵਾਟਰ. ਇਹ ਜਿਹੜਾ ਆਰਟੀਕਲ ਕਿਹੜੀ ਚੀਜ਼ ਦੇ ਬਾਰੇ ਸੀ, ਅਮੇਜ਼ਿੰਗ ਬੈਨੀਫਿਟ ਦੱਸੇ ਹੋਏ ਸੀ. ਕਲੇ ਪੋਟ ਮੀਨਸ ਮਟਕਾ ਵਾਟਰ ਪੀਣ ਦੇ ਅਮੇਜ਼ਿੰਗ ਬੈਨੀਫਿਟ ਦੇ ਬਾਰੇ ਇਹ ਆਰਟੀਕਲ ਸੀ. ਦੈਟ ਆਰਟੀਕਲ ਰੀਅਲੀ ਫੈਸੀਨੇਟਡ ਮੀ. ਇਸ ਆਰਟੀਕਲ ਨੇ ਮੈਨੂੰ ਫੈਸੀਨੇਟ ਕੀਤਾ, ਮੀਨਸ ਅਟਰੈਕਟ ਕੀਤਾ. ਸੋ ਆਈ ਡਿਸਾਈਡਡ ਟੂ ਰੀਡ ਇਟ. ਸੋ ਮੈਂ ਫੈਸਲਾ ਕੀਤਾ ਕਿ ਮੈਂ ਇਸ ਨੂੰ ਪੜ੍ਹਾਂ. ਟੂ ਬਿਗਿਨ ਵਿਦ, ਸ਼ੁਰੂ ਕਰਦੇ ਹੋਏ, ਅਕੋਰਡਿੰਗ ਟੂ ਆਯੁਰਵੇਦਾ, ਆਯੁਰਵੇਦਾ ਦੇ ਅਨੁਸਾਰ ਦੇਅਰ ਆਰ ਮੈਨੀ ਥਰੋਪੈਟਿਕ ਐਡਵਾਂਟੇਜਸ ਆਫ ਕੰਜ਼ਿਊਮਿੰਗ ਵਾਟਰ ਫਰੋਮ ਕਲੇ ਪੋਟ. ਆਯੁਰਵੇਦਾ ਦੇ ਅਨੁਸਾਰ ਇਹਦੇ ਬਹੁਤ ਸਾਰੇ ਥਰੋਪੈਟਿਕ ਜਿਹੜੇ ਐਡਵਾਂਟੇਜਸ ਮੀਨ ਬੈਨੀਫਿਟ ਹੈ ਕੰਜ਼ਿਊਮ ਕਰਨ ਦੇ, ਪੀਣ ਦੇ ਕਲੇ ਪੋਟ ਵਾਟਰ ਦੇ. ਫਸਟਲੀ, ਸਟੋਰਿੰਗ ਵਾਟਰ ਇਨ ਆ ਕਲੇ ਪੋਟ ਇਜ਼ ਦੈਟ ਇਟ ਏਡਸ ਇਨ ਦਾ ਨੈਚੁਰਲ ਕੂਲਿੰਗ ਆਫ ਦਾ ਵਾਟਰ ਥਰੂ ਦਾ ਪ੍ਰਿੰਸੀਪਲ ਆਫ ਵੇਪਰਾਈਜੇਸ਼ਨ. ਵੇਪਰਾਈਜੇਸ਼ਨ ਦੇ ਪ੍ਰਿੰਸੀਪਲ ਦੇ ਅਨੁਸਾਰ ਮੀਨਸ ਇਹ ਨੈਚੁਰਲ ਕੂਲਿੰਗ, ਨੈਚੁਰਲ ਪ੍ਰੋਸੈਸ ਹੈ. ਇਹ ਨੈਚੁਰਲ ਕੂਲ ਹੋ ਜਾਂਦਾ ਹੈ ਜਿਹੜਾ ਵਾਟਰ ਹੈ ਜਦੋਂ ਆਪਾਂ ਸਟੋਰ ਕਰਦੇ ਹਾਂ ਕਲੇ ਪੋਟ ਦੇ ਵਿੱਚ. ਇਫ ਵੀ ਯੂਜ਼ ਦਿਸ ਵਾਟਰ, ਵੀ ਡੋਂਟ ਹੈਵ ਟੂ ਡਿਪੈਂਡ ਔਨ ਦਾ ਰੈਫਰੀਜਰੇਟਰ ਫੋਰ ਦੈਟ ਆ ਬੋਟਲ ਆਫ ਕੂਲ ਵਾਟਰ ਟੂ ਕੁਇੰਚ ਆਵਰ ਥ੍ਰਿਸਟ. ਜੇਕਰ ਅਸੀਂ ਇਹ ਵਾਟਰ ਯੂਜ਼ ਕਰਦੇ ਹਾਂ ਤਾਂ ਸਾਨੂੰ ਡਿਪੈਂਡ ਹੋਣ ਦੀ ਲੋੜ ਨਹੀਂ ਰੈਫਰੀਜਰੇਟਰ 'ਤੇ. ਤਾਂ ਮੀਨਸ ਆਪਾਂ ਰੈਫਰੀਜਰੇਟਰ ਦੇ ਵਿੱਚੋਂ ਆਪਾਂ ਨੂੰ ਪਾਣੀ ਦੀ ਬੋਤਲ ਪੀਣ ਦੀ ਲੋੜ ਨਹੀਂ ਆਪਣੀ ਪਿਆਸ ਬੁਝਾਉਣ ਦੇ ਲਈ. ਇਨ ਐਡੀਸ਼ਨ ਟੂ ਦਿਸ, ਇਸ ਨੂੰ ਹੋਰ ਐਡ ਕਰਦੇ ਹੋਏ, ਕਲੇ ਆਲਸੋ ਪੋਜੈਸ ਹੀਲਿੰਗ ਪ੍ਰੋਪਰਟੀਜ਼. ਜਿਹੜਾ ਕਲੇ ਹੈ, ਕਲੇ ਪੋਟ ਦੇ ਵਿੱਚ ਹੀਲਿੰਗ ਪ੍ਰੋਪਰਟੀਜ਼ ਵੀ ਹੁੰਦੀਆਂ. ਵਿੱਚ ਬੈਨੀਫਿਟ ਦਾ ਬੋਡੀ ਇਨ ਵੇਰੀਅਸ ਫੋਰਮ, ਜਿਹੜੀਆਂ ਬੋਡੀ ਦੇ ਲਈ ਬਹੁਤ ਬਹੁਤ ਸਾਰੇ ਬੈਨੀਫਿਟ ਹੁੰਦੇ ਆ ਬੋਡੀ ਦੇ ਲਈ. ਮੋਰਓਵਰ, ਇਟ ਇਜ਼ ਐਨ ਆਈਡੀਅਲ ਡਰਿੰਕ ਫੋਰ ਪੀਪਲ ਸਫਰਿੰਗ ਫਰੋਮ ਕੋਲਡ ਕਫ ਐਂਡ ਐਸਮਾ. ਇਸ ਤੋਂ ਇਲਾਵਾ ਇੱਕ ਆਈਡੀਅਲ ਡਰਿੰਕ ਹੈ ਪੀਪਲ ਜਿਹੜੇ ਕੋਲਡ ਅਤੇ ਕਫ ਜਾਂ ਐਸਮਾ ਵਗੈਰਾ ਤੋਂ ਸਫਰ ਕਰ ਰਹੇ, ਉਹਨਾਂ ਦੇ ਲਈ ਬਹੁਤ ਵਧੀਆ ਡਰਿੰਕ ਹੈ. ਵੀ ਆਲ ਨੋ ਦੈਟ ਸਟੋਰਿੰਗ ਵਾਟਰ ਇਨ ਆ ਪਲਾਸਟਿਕ ਕੰਟੇਨਸ ਟੌਕਸਿਕ ਕੈਮੀਕਲਸ ਵਿਚ ਪੋਜ਼ ਆ ਬਿਗ ਥਰੈਟ ਟੂ ਆਵਰ ਹੈਲਥ. ਜਿਹੜੇ ਆਪਣੀ ਹੈਲਥ 'ਤੇ ਬਹੁਤ ਵੱਡਾ ਜਿਹੜਾ ਖਤਰਾ ਹੈ. ਅਸੀਂ ਸਾਰੇ ਜਾਣਦੇ ਹਾਂ ਜਦੋਂ ਆਪਾਂ ਪਲਾਸਟਿਕ ਦੇ ਵਿੱਚ ਬਹੁਤ ਸਾਰੇ ਟੌਕਸਿਕ ਕੈਮੀਕਲਸ ਹੁੰਦੇ ਆ ਜਿਹੜੇ ਆਪਣੀ ਸਿਹਤ ਦੇ ਲਈ ਬਹੁਤ ਖਤਰਨਾਕ ਹੁੰਦੇ ਆ. ਔਨ ਦਾ ਅਦਰ, ਵਾਟਰ ਸਟੋਰਡ ਇਨ ਆ ਕਲੇ ਪੋਟ ਇਜ਼ ਡਿਵਾਈਡ ਆਫ ਐਨੀ ਕਾਇੰਡਸ ਆਫ ਕੈਮੀਕਲਸ ਐਜ਼ ਇਟ ਇਨਹਾਂਸਸ ਮੈਟਾਬੋਲਿਜ਼ਮ ਨੈਚੁਰਲੀ. ਜੇ ਆਪਾਂ ਦੂਸਰੀ ਸਾਈਡ ਗੱਲ ਕਰੀਏ ਤਾਂ ਜਿਹੜਾ ਵਾਟਰ ਆਫ ਕਲੇ ਪੋਟ ਦੇ ਵਿੱਚ ਸਟੋਰ ਹੁੰਦਾ ਉਹ ਇੰਨਾ ਸਾਰੇ ਕੈਮੀਕਲ ਦੇ ਵਿੱਚ ਤੋਂ ਮੁਕਤ ਹੁੰਦਾ. ਇਸ ਕਰਕੇ ਇਹ ਆਪਣਾ ਜਿਹੜਾ ਮੈਟਾਬੋਲਿਜ਼ਮ ਹੈ ਕੁਦਰਤੀ ਤੌਰ 'ਤੇ ਇੰਪਰੂਵ ਕਰਦਾ, ਵਧਾ ਦਿੰਦਾ. ਇਟ ਆਲਸੋ ਹੈਲਪਸ ਟੂ ਇੰਪਰੂਵ ਡਾਈਜੈਸ਼ਨ ਡਿਊ ਟੂ ਦਾ ਮਿਨਰਲਸ ਪ੍ਰੈਜੈਂਟ ਇਨ ਦਾ ਵਾਟਰ. ਇਸ ਤੋਂ ਇਲਾਵਾ ਇਹ ਆਪਣਾ ਡਾਈਜੈਸ਼ਨ, ਪਾਚਨ ਕਿਰਿਆ ਦੇ ਵਿੱਚ ਵੀ ਪਾਚਨ ਕਿਰਿਆ ਨੂੰ ਇੰਪਰੂਵ ਕਰਦਾ ਕਿਉਂਕਿ ਇਹਦੇ ਵਿੱਚ ਮਿਨਰਲ ਮੌਜੂਦ ਹੁੰਦੇ ਆ. ਟੂ ਐਡ ਟੂ ਇਟ, ਇਸ ਤੋਂ ਇਲਾਵਾ ਵਾਟਰ ਫਰੋਮ ਕਲੇ ਪੋਟ ਇਜ਼ ਐਡਵਾਂਟੇਜੀਅਸ ਟੂ ਕਰਵ ਐਸਟੀਡੀ. ਇਸ ਤੋਂ ਇਲਾਵਾ ਜਿਹੜੀ ਐਸਡੀਟੀ ਹੈ ਉਸ ਤੋਂ ਵੀ ਇਹ ਛੁਟਕਾਰਾ ਪਾਉਂਦਾ ਜਿਹੜਾ ਕਲੇ ਪੋਟ ਵਾਟਰ ਹੁੰਦਾ. ਆਈ ਥਿੰਕ ਦਿਸ ਆਰਟੀਕਲ ਵਾਜ਼ ਐਕਸਲੈਂਟ. ਮੈਨੂੰ ਲੱਗਦਾ ਇਹ ਆਰਟੀਕਲ ਬਹੁਤ ਸ਼ਾਨਦਾਰ ਸੀ. ਆਫਟਰ ਰੀਡਿੰਗ ਦਿਸ ਆਈ ਸੁਜੈਸਟਡ ਮਾਈ ਨੀਅਰ ਐਂਡ ਡੀਅਰ ਵਨਸ ਟੂ ਯੂਜ਼ ਕਲੇ ਪੋਟ ਇਨ ਦੇਅਰ ਹੋਮ. ਸੋ ਮੈਂ ਆਪਣੇ ਆਰਟੀਕਲ ਪੜ੍ਹਨ ਤੋਂ ਬਾਅਦ ਮੈਂ ਆਪਣੇ ਨੀਅਰ ਐਂਡ ਡੀਅਰ ਵਨਸ ਨੂੰ ਸੁਜੈਸਟ ਕੀਤਾ ਕਿ ਤੁਸੀਂ ਉਹ ਆਪਣੇ ਘਰ ਦੇ ਵਿੱਚ ਕਲੇ ਪੋਟ ਹੈ ਜਿਹੜਾ ਉਹ ਯੂਜ਼ ਕਰਨ. ਸੋ ਦਿਸ ਵਾਜ਼ ਐਨ ਆਰਟੀਕਲ ਦੈਟ ਆਈ ਰੈਡ ਆਨਲਾਈਨ. ਸੋ ਇਹ ਇੱਕ ਆਰਟੀਕਲ ਸੀ ਜਿਹੜਾ ਮੈਂ ਆਨਲਾਈਨ ਪੜ੍ਹਿਆ. ਸੋ ਗਾਇਜ਼, ਥੈਂਕਸ ਫੋਰ ਵਾਚਿੰਗ ਮਾਈ ਵੀਡੀਓ. ਪਲੀਜ਼ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ ਮਾਈ ਚੈਨਲ.